और आज अौजूद भाई अरसलान साहब भाई वाजिद साहब और जनाब भाई यासिर साहब कंडोर गौरमेंट हाई स्कूल हाई स्कूल, स्कूल।, स्कूल मौजूद हैं और हज़रात ना इसरार सी के अस अपने बचपन दादा की ताज़ा करना ऐसा ना आ, मादरे इलमी अस इतना जनाब इलमी फैज हासिल किता है जनाब बाकी हज़रात वाजिद साहब अपने मलफूजात पेश कर सन कितना टाइम इस स्कूल बिचि ना आनिया यादें वस्त कितने साल जनाब पढ़े हुए थे। वालेकुम जनाब सारे दोस्तों की यूट्यूब बर्मे वाले की साढ़े तरफो सलाम पेश है अज अस गौरमेंट हाई स्कूल कंडोर इत पढ़ने रहे हैं जी तो अट्ठ साल तकरीबन इतना अस तलीम हासिल कीतीसर साह पढ़ने रे इत ਅਸਾਂ ਤਾਂ ਬਹੁ ਮਾਰ ਖਾਦੀ ਸਕੂਲ ਆਇਏ ਚ ਕਨਸ਼ਨ ਨੂੰ ਪੜਨੇ ਰਹੇ ਹਾਂ ਤੇ ਬਚਪਨ ਦੀਆਂ ਯਾਦਾਂ ਸੀਆਂ ਤਾਂ ਅਸਾਂ ਅਜਲੀਆ ਅੱਜ ਵੀਡੀਓ ਬਣਾਈ ਹੈ ਕੰਡੋਰ ਸਕੂਲ ਨੇ ਤਾਂ ਅੱਜ ਤੁਸੀਂ ਕਿ ਕੰਡੋਰ ਸਕੂਲ ਨਾ ਵਿਜ਼ਿਟ ਕਰਾਣੇ ਆ ਕੀ ਹਾਲ ਹੈ ਜੀ ਯਾਸਰ ਸਾਹਿਬ ਬਹੁਤ ਸ਼ੁਕਰੀਆ ਬਹੁਤ ਮਿਹਰਬਾਨੀ ਵਾਜਦ ਸਾਹਿਬ ਰਾਹੀਂ ਕਿ ਆਪਣੀਆਂ ਪ੍ਰਾਣੀਆਂ ਯਾਦਾਂ ਜਿਹੜੀਆਂ ਹੋ ਤਾਜ਼ਾ ਹੋ ਗਈਆਂ ਕਨਸ਼ਨ ਲਪਨਾ ਜਨਾਬ ਮਾਰਿਆ ਖਾਣੀ ਸੁਨਹਿਰੀ ਦੌਰ ਸੀ ਨਾ ਤਾਂ ਜਨਾਬ ਯਾਸਰ ਭਾਈ ਤੁਸਾਂ ਜਨਾਬ ਕਿਤਨਾ ਟਾਈਮ ਬਚਪਨ ਵਿੱਚ ਹੀ ਥੇ ਪੜੇ ਹੋ ਜਾਂ ਦਰਮਿਆਨ ਵਿੱਚ ਇੱਥੇ ਦਾਖਲਾ ਕੀਂਦਾ ਨਹੀਂ ਹਜ਼ਰਤ ਅਸਾਂ ਬਚਪਨ ਵਿੱਚ ਬਲੱਥੀ ਸਕੂਲ ਪੜੇ ਆ ਪਹਿਲੇ ਜਵਾਇਸੂ ਸ਼ੁਰੂ ਕੀਤਾ ਸੀ ਫਿਰ ਅਪਰ ਬੰਨੀ ਕੋਲ ਸਕੂਲ ਬਣਤਾ ਉੱਥੇ ਫਿਰ ਉਸ ਤੋਂ ਬਾਅਦ ਅਸਾਂ ਖਾਦਮਾ ਬਾਦ ਚਲੇ ਗਏ ਆ ਇੱਕ ਦੋ ਸਾਲ ਖਾਦਮਾ ਬਾਦ ਪੜੇ ਆ 6ਵੇਂ ਚ ਅਸਾਂ ਮੂਵ ਹੋਏ ਆ ਫਿਰ ਆਈ ਗਿਆਂ ਕੰਡੋਰ ਤਾਂ ਫਿਰ ਇੱਥੇ ਦੋ ਤਿੰਨ ਸਾਲ ਪੜੇ ਆ ਠੀਕ ਉਸਨੇ ਸੁਬਾਹ ਜਿਹੜਾ ਨਾ ਉਸ ਵਕਤ ਆਈ ਹਾਈ ਸਕੂਲ ਨਹੀਂ ਹੋਣਾ ਸੀ ਉਸ ਵਕਤ ਮਿਡਲ ਹੋਣਾ ਸੀ ਮਿਡਲ ਹੋਣਾ ਸੀ ਜੇ ਜਿਸ ਆਸਪਨੇ ਸੋਚਿਆ ਨਾ ਆਈ ਅਗਰ ਅਸਾਂ ਉਹ ਫਰਖਦਮ ਬਾਦ ਜਾਣਾ ਪੈਣਾ ਸੀ ਇੱਥੋਂ ਨੇ 8ਵੀਂ 8ਵੀਂ ਤੱਕ ਹੋਣਾ ਸੀ ਲੈ ਠੀਕ 8ਵੀਂ ਨੇ ਲੜਕੇ ਜਿਹੜੇ ਨਾ ਮੁੜੀ ਪੇਪਰ ਦੇਣੇ ਵਸ ਖਦਮ ਬਾਦ ਜਾਣੇ ਸੀ ਤਾਂ ਉਸਨੇ ਸੁਬਾਹ ਇਹ ਆ ਕਿ ਇਸ ਇਹ ਬਿਲਡਿੰਗ ਕੋ ਨਹੀਂ ਹੋਣੀ ਸੀ ਲੈ ਇਹ ਬਿਲਡਿੰਗ ਹੁਣ ਬਣਤੀ ਆ ਸਾਢੇ ਜਿਹੜਾ ਨਾ ਦੌਰ ਵਿੱਚ ਉਹ ਬਿਲਡਿੰਗ ਹੋਣੀ ਸੀ ਤੇ ਇਸ ਇਸ ਤਰ੍ਹਾਂ ਬਿਲਡਿੰਗ ਹੋਣੀ ਸੀ ਇੱਕ ਕਮਰੇ ਬੰਤੇ ਹੋਣੇ ਸੀ ਤਾਂ ਹੁਣ ਤਾਂ ਨਕਸ਼ਾ ਹੀ ਹਜ਼ਰਤ ਚੇਂਜ ਹੋ ਗਿਆ ਇਸ ਮਰਿਆ ਸਾ ਕਿ ਅੱਜ ਬੜਾ ਦਿਲ ਕਰਨਾ ਸੀ ਕਿ ਆਪਣੇ ਸਕੂਲ ਵਿੱਚ ਜਾ ਉਹ ਪੁਰਾਣੀਆਂ ਜਿਹੜਾ ਨਾ ਯਾਦਾਂ ਤਾਜ਼ੀਆਂ ਕਰਾਂ ਕੀ ਬਾਤ ਹੈ ਮਾਸ਼ਾਅੱਲ ਬਹੁਤ ਸ਼ੁਕਰੀਆ ਬਹੁਤ ਮਿਹਰਬਾਨੀ ਯਾਸਰ ਰਿਆਜ਼ ਸਾਹਿਬ ਜਨਾਬ ਆਪਣੇ ਬਚਪਨੀਆਂ ਯਾਦਾਂ ਸੁਣਨ ਲੇ ਸ਼ੇਅਰ ਕਰੀ ਜੇ ਸਨ ਅਗਰ ਸਾਡੇ ਕੈਮਰਾਮੈਨ ਦਸੀ ਸਨ ਪੁਰਾਣੀ ਬਿਲਡਿੰਗ ਜਿਹੜੀ ਸੀ ਸਕੂਲ ਨਹੀਂ ओली सी और इस बारी काफ़ी इनकलाब आया काफ़ी चेंजिंग आई इसकी हाई स्कूल गया मिडिल तो और बिल्डिंग भी इसनी बड़ी अच्छी और खूबसूरत तमीर हुई है अगर कैमरा मैन साढ़े नाल नाल चली सन करीब अछन क्योंकि अज माशा कैमरे ने फ्राइज सारे अंजाम दे रहे न साढ़े दोस्त ता बाकी काफी माशा इत आयात भी लिखी हुई भी लिखी हुई और ਗਲਬਨੀਲਮ ਨੇ ਆਵਲੈਨਾ ਲਈ ਮੌਜੂਦੀਆਂ ਤਾਂ ਬਾਕੀ ਵਾਜਿਦ ਸਾਹਿਬ ਵਰਪਨ ਨੇ ਨਹੀਂ ਕੋਸ਼ਿਸ਼ ਕਰੀ ਦੇ ਨਾ ਅਸਾ ਹਜ਼ਰਤ ਬਿਲਡਿੰਗ ਜਿਹੜੀ ਨਵੀਂ ਬਣਾਈ ਨੇ ਬੜੇ ਖੂਬਸੂਰਤ ਬਣਾਈ ਨੇ ਜੀ ਤਾਂ ਪੁਰਾਣੀ ਬਿਲਡਿੰਗ ਵੀ ਠੀਕ ਹੈ ਹਲੇ ਉਸ ਉਸकी ਤਕੀ ਤਾ ਉਹ ਪੁਰਾਣੇ ਜਿਹੜਾ ਖਿਆਲ ਲੋ ਪੁਰਾਣੇ ਸਾਡੇ ਜਜ਼ਬਾਤ ਮੁੜੀ ਦੁਬਾਰਾ ਫਿਰ ਦਿਲ ਕਰਨਾ ਕਿ ਅਸਾਂ ਉਥੋਂ ਹੀ 6ਵੀਂ ਕਲਾਸ ਤੋਂ ਸ਼ੁਰੂ ਕਰਾਂ ਅੱਛਾ ਮੈਂ 6ਵੀਂ ਕਲਾਸ ਵਿੱਚ ਹੀ ਆਇਆ ਸਾਂ ਠੀਕ ਹੈ ਕੰਡੋਰ ਤਾਂ ਫੇਦਲ ਕਰਨਾ ਕਿ ਇਥੂ ਫਿਰ 6ਵੀਂ ਕਲਾਸ ਤੋਂ ਫਿਰ ਸ਼ੁਰੂ ਕੀਤਾ ਜਾਏ ਇਨਾਂ ਕਮਰਿਆਂ ਵਿੱਚ ਇਨਾਂ ਬਰਾਂਡਿਆਂ ਵਿੱਚ ਅਸਾਂ ਬੜਾ ਅਰਸਾ ਇਸ ਗਰਾਉਂਡੇ ਵਿੱਚ ਬੜਾ ਅਰਸਾ ਅਸਾਂ ਇੱਥੇ ਬਹਿਨੇ ਰਹੇ ਹਾਂ ਤਾਂ ਬੜਾ ਮਜ਼ਾ ਆਸ਼ਨਾ ਹੋਣਾ ਸੀ ਬੜੇ ਅੱਛੇ ਸਾਡੇ ਟੀਚਰਸ ਹੈ ਅੱਜ ਤੱਕ ਅਸਾਂ ਉਹਨਾਂ ਟੀਚਰ ਨੂੰ ਨਾ ਭੁੱਲੀ ਸਕੇ ਖਾਸ ਕਰੀ ਖਾਨ ਸਾਹਿਬ ਖਾਨ ਸਾਹਿਬ ਜੀ ਹੈਡਮਾਸਟਰ ਹੋਣੇ ਸਾਰੇ ਖਾਨ ਆਦਲ ਖਾਨ ਆਦਲ ਸਾਹਿਬ ਕੀ ਗੱਲ ਹੈ ਬਹੁਤ ਅੱਛੇ ਇਨਸਾਨ ਸਨ मास्टर ता साहब मास्टर शमीम साहब मास्टर खालक साह बहुत अच्छे इंसान तो क्योंकि प्रैक्टिकल उन्होंने हथ गुजरे तलीम हासिल की ना ही सुनवाया बेहतर अल्फाज उन्होंने सखाए अज तक असंको याद है ਮਾਸ਼ਾਅੱਲਾ ਪਰ ਇਹ ਹੈ ਕਿ ਵਾਜਦ ਸਾਹਿਬ ਹਲੇ ਵੀ ਮਸਤ ਤਾਈ ਸਾਹਿਬ ਸਾਹਮਣੇ ਆਈ ਜਾਂਦਾ ਵਾਜਦ ਸਾਹਿਬ ਰਾਂ ਕੋ ਖਲਣ ਵੀ ਨਹੀਂ ਆਣਾ ਲੱਤਾ ਕੋਣ ਰਹੀ ਮਾਸ਼ਾਅੱਲਾ ਜੀ ਲੱਤਾ ਕਮਣੇ ਨਹੀਂ ਵਜਾ ਜਿਹੜੀ ਹਜ਼ਰਤ ਦਸੀਰਨ ਕੇ ਇੱਕ ਇਤਰਾਮ ਸੀ ਹੈ ਅਦਬ ਸੀ ਹੈ ਕਿ ਜਨਾਬ ਉਹਨਾਂ ਨਾਲ ਇੱਕ ਡਰ ਖੋਫ ਅਦਬ ਉਹ ਇਤਰਾਮ ਵਿੱਚ ਰਹੀ ਤੇ ਤਲਬਾਨੇ ਅੰਦਰ ਕਾਫੀ ਕਿਉਂਕਿ ਅਦਬ ਪਹਿਲਾ ਕਰੀਨਾ ਹੈ ਮੁਹੱਬਤ ਨੇ ਕਰੀਨੀਆਂ ਚੋਂ अदब बहुत जरूरी है और तालीम का मकसद ये है कि इंसान बा अदब हो जाए और अस क्रिकेट खेलने ना तो उ गुजरना अस छपी जाने से। इतना अदब करने कर हाल आखने कुछ नहीं होने से पर फिर भी अंड ਇਹ ਟਰਮ ਕਰਨਾ ਚਾਹੀਦਾ ਠੀਕ ਹੋ ਗਿਆ ਬਾਕੀ ਸਾਰੇ ਕੈਮਰਾਮੈਨਸਾਂ ਕੀ ਬਿਲਡਿੰਗ ਦਸੀਰੇ ਨਿਊ ਬਿਲਡਿੰਗ ਦਾ ਅਗਰ ਰਿਕਵਰਡ ਕੈਮਰਾ ਘੁਮਾਈ ਦਸੀਰੇ ਬਾਕੀ ਵਾਜਦ ਸਾਹਿਬ ਰਕੀ ਬਹੁਤ ਜ਼ਿਆਦਾ ਜਲਦੀ ਆਉਣ ਹੈ ਕੈਮਰਾਮੈਨ ਤੁਸੀਂ ਅਗਾਂਹ ਜਿੱਲੋ ਬਾਕੀ ਗੱਲਾਂ ਤੁਸੀਂ ਕੀ ਬਣੇ ਆ ਨਾ ਜੀ ਕੀ ਕਰਨੇ ਹੋ ਅੱਗੇ ਕਰਸਾਂ ਅੱਗੇ ਜੀ ਲੋਗਾ ਜੀ ਨਜ਼ਰ ਆਈ ਇਹਨਾਂ ਅਸਾਂ ਆਸਾਨੀ ਬਸ ਮਾਰੋ ਉਹਨਾਂ ਕੈਮਰਾ ਅੱਛਾ ਤੇ ਪਹਿਲੇ ਉਪਰਲੀ ਬਿਲਡਿੰਗ ਹੁਣ ਬਣਤੀ ਹੈ ਅੱਛਾ ਜਿਹੜਾ ਦਰ ਵਿੱਚ ਨਹੀਂ ਸਾਡੇ ਦੋਰੀ ਨਹੀਂ ਸਿਰਫ ਇਨੀਸ਼ੀਅਲ ਬਿਲਡਿੰਗ ਸੀ ਨੀਚੇ ਹੀ ਹੋਣੀ ਸੀ ਕੁਝ ਜਿਹੜਾ ਨਾ ਕਮਰੇ ਇਸ ਸਾਈਡ ਪਰੋਣੇ ਸੇ ਇਸਨੇ ਬੈਕ ਸਾਈਡ ਪਰ ਗਰਾਊਂਡ ਹੋਣਾ ਸੀ ਜਿਸ ਨਾਲ ਅਸਾਂ ক্রিকেট ਵਗੈਰਾ ਜਾਂ ਤਫਰੀਨ ਟਾਈਮ ਤਾਂ ਆ ਗੁਜ਼ਾਰਨੇ ਸੀ ਹਾਂ 6ਵੀਂ ਸਤਵੀਂ ਅਠਵੀਂ ਦੇ ਕਮਰੇ ਸੇ ਤਾਂ ਇਹ ਗੱਲ ਹੋਣੀ ਸੀ ਵਾਜਦ ਸਾਹਬ ਨੂੰ ਜਿਸੈ ਨੇ ਸਬਕ ਕੋਣੀ ਸੁਣਾਉਣਾ ਸੀ ਨਾ ਉਹ ਲੈ ਕੇ ਨੇ ਸੇ ਮਾਸਟਰ ਜੀ ਪੜਨੀ ਵੀ ਜਾਂ ਬੋਲੇ ਲਿਕੜੀ ਗਿਆ ਉਹ ਲੈਨੇ ਕਿ ਤਰੀ ਲੱਗੀ ਪੜਨੀ ਹੁੰਨੀ ਸੀ ਜੇ ਸਬਕ ਨਹੀਂ ਸੁਣਾਉਣਾ ਤਰੇ ਤਾਂ ਸਾਂ ਕਿ ਜੈ ਵੀ ਲੱਗਣੀ ਜੀ ਉਹਨੂੰ ਕੋ ਜ਼ਿਆਦਾ ਹੀ ਲੱਗਣੀ ਸੀ ਤਾਂ ਇਹ ਆ ਵੀ ਸੁਣਾਣੇ ਪੇ ਨਾ ਸਾਂ ਲਾਈ ਦੇ 6ਵੀਂ ਕਲਾਸ ਹੋਣੀ ਸੀ ਇਹ 6ਵੀਂ ਕਲਾਸ ਕੜੀ ਇਹ ਸੱਤੀ ਹੋਣੀ ਛੇਵੀਂ ਉਹ ਲਾਸ ਉਸੇ ਉਹ ਛੇਵੇਂ ਆ ਬਿਲਕੁਲ ਉਸ ਸਕੂਲ ਕੋਲ ਰਹਿੰਦੇ ਸਿਹਰੇ ਹੁੰਦਾ ਹੈ ਉਹ ਛੇਵੀਂ ਕਲਾਸ ਹੋਣੀ ਸੀ ਇਹ ਸੱਤਵੀਂ ਹੋਣੀ ਸੀ ਇਹ ਅੱਠਵੀਂ ਹੋਣੀ ਸੀ ਇੱਥੇ ਤੱਕ ਸਾਡਾ ਲਾਸਟ ਹੋਣਾ ਸੀ ਉਸ ਤੋਂ ਬਾਅਦ ਅਸੀਂ ਫਿਰ ਖਾਦਮਾਬਾਦ ਮੂਵ ਹੋ ਜਾਣਾ ਚਾਹ ਪੇਪਰ ਦੇਣੇ ਵਾਸਤੇ ਅੱਠਵੀਂ ਨੇ ਪੇਪਰ ਸੋਨੇ ਖਾਦਮਾਬਾਦ ਉਹ ਫਿਰ ਅਸਾਂ ਤੁਸਾਂ ਕੀ ਵਾਜਦ ਪਾਈ ਇਹ ਦੱਸਣੇ ਸਿਆਂ ਜੀ ਬੋਲੋ ਤੱਕ ਹੀ ਸਕਣੇ ਹੋ ਛੇਵੀਂ ਕਲਾਸ ਸੱਤਵੀਂ ਕਲਾਸ ਅੱਠਵੀਂ ਕਲਾਸ ਜੀ ਸਾਰਾ ਬਸ ਆਹ ਬਿਲਕੁਲ

माशाला जनाब मास्टर ताज साहब हो बड़ा ना आया इतने खंडोर जी मास्टर शमीम साहब हो गए न और दीगर मास्टर मोहम्मद दीन साहब और अचने जाने रे बा उन्होंने पढ़े असा पढ़ाने काफी टाइम उन्हें खंडोर भी गुजारे आया बार हा के हज़रत अली शेर खुदा खुद रजी अल्लाह तुना को ली एक लफ्ज सखाया गोया उस मैं अपना गुलाम बनाया जैसे कोल एक लफ्ज भी सख्या उसताद और उस कदर व कीमत हर इंसान की हर तौब की करनी चाहिए और जिन्होंबा उस एहतराम कि की कदरों कीमत जानी है अल्लाह तौल उ बड़ी इज्त की बेशक कोई शक नहीं हजरत एहतराम करना भी सक बनना बल्कि फर्ज़ बनना कि उसने सजरों पर नहीं होनी चाहन के वाज वो वैसे भी नहीं होनी

ਉਹਨਾਂ ਕੋਲ ਮਾਸਟਰ ਇਕਬਾਲ ਸਾਹਿਬ ਉਹਨਾਂ ਕੋਲ ਬੰਨੇ ਰਹੇ ਆ ਮਾਸ ਇਕਬਾਲ ਸਾਹਿਬ ਤਕੀ ਬਸੀਮ ਸਾਹਿਬ ਰਹੇ ਡੈਡ ਮਾਸ਼ਾਅੱਲਾ ਜੀ ਸ਼ੁਰੂਆਤ ਤਾਂ ਸੌਥੂ ਕੀਤੀ ਸੀ ਜੋ ਜਵਾਈ ਸਵਾ ਜੀ ਬਾਈ ਤਾਂ ਫਿਰ ਉਸ ਤੋਂ ਬਾਅਦ ਫਿਰ ਐਪਰ ਬੰਨੀਪੁਰ ਸਕੂਲ ਬਣਦਾ ਸੀ ਤਾਂ ਫਿਰ ਇੱਥੇ ਮਾਸਟਰ ਬਨਾਰਸ ਸਾਹਿਬ ਵਾਹੀ ਕੇ ਸੇ ਉਹਨਾਂ ਕੋਲੋਂ ਸਿੱਖਿਆ ਹਾਸਲ ਕੀਤੀ ਤੇ ਉਲਾ ਮਿਸ਼ਕਾਸ ਡਾਲਰ ਪੈਨ ਨਾਮ ਲੱਭਾ ਸੀ ਮਿਸ਼ਕਤ ਤੀਸਰੀ ਕੇ ਚੌਥੀ ਜੀ ਡਾਲਰ ਡਾਲਰ ਨਿਊਜ਼ ਵੇਲੇ ਵੀ ਵੈਲਿਊ ਉੱਤੇ ਹੀ ਸੀ ਡਾਲਰ ਨੇ ਬੜੀ ਵੈਲਿਊ ਸੀ ਤਾਂ ਉਹਨੂੰ ਮੇਸ਼ਾ ਕਿ 10 ਰੁਪਏ ਅੱਜ ਵੀ ਕੋਮ ਡਾਲਰ ਤੋਂ ਬਿਨਾਂ ਗੱਲ ਨਹੀਂ ਕਰਨੀ ਹੈ ਡਾਲਰ ਪੈਨ ਹੋਣਾ ਸੀ ਪੈਨ ਤਾਂ ਬੜਾ ਮਸ਼ਹੂਰ ਪੈਨ ਹੋਣਾ ਸੀ 10 ਰੁਪਏ ਰਾਂਗੇ ਕਿਤਨੇ ਨੇ ਮਿਲਣਾ ਹਣਾ ਸੀ ਤਾਂ ਉਹ ਸਮਝੀ ਕਿ ਉਹ ਸਰਸਤਾ 10 ਲੱਖ ਨਾ ਸੀ ਉਸ ਵਕਤ ਜਿਹਾ ਸਾਈ ਨਾਮ ਮਿਲਿਆ ਸੀ ਤੇ ਆਪਈ ਵਜਤ ਤੁਸਾਂ ਕੁਝ ਮਲਫਜ਼ਾਤ ਬਸ ਜਿਹੇ ਤਰ੍ਹਾਂ ਦਾ ਹੁਣ ਇਜਾਜ਼ਤ ਕਾ ਇਨਸਾਨ ਤੇ ਫਿਰ ਅਗਲੀ ਵੀਡੀਓ ਨਾਲ ਤੁਸਾਂ ਆ ਗਏ ਹਜ਼ਰ ਹੋ ਸਾਂਤਾ ਇਨਸ਼ਾਅੱਲਾ ਨਵੀਂ ਵੀਡੀਓ ਚ ਫਿਰ ਗੱਪ ਠੱਪੋ ਸੀ ਦੋਸਤਾਂ ਸੰਗੀਆਂ ਸਾਰਿਆਂ ਨਾਲ ਚਲੋ ਤੁਮਾਂ ਇਜਾਜ਼ਤ ਚੇ ਗਿੰਦੀ ਬਹੁਤ ਸ਼ੁਕਰੀਆ ਜੀ ਇਹ ਤਾਂ ਬੜਾ ਚੰਗਾ ਹੋ ਗਿਆ ਤਾਂ ਹੁਣ ਮੈਂ ਇਹ ਬਣਾ ਚਣਾ ਕਿ ਅਸਾਂ ਦਾ ਮੈਨ ਮਕਸਦ ਇਹ ਸੀ ਜਿਹੜੇ ਦੋਸਤ ਸਾਡੇ ਬਾਰੇ ਮੁਲਕੀ ਚਲੇ ਗਏ ਤਾਂ ਹੋਰ ਕਾਫੀ ਕੰਟਰੀਆਂ ਚਲੇ ਗਏ ਸਾਡਾ ਮੈਨ ਮਕਸਦ ਇਹ ਸੀ ਕਿ ਉਹਨਾਂ ਕੀ ਜ਼ਰਾ ਇਹ ਮੋਲ ਮਾਸ਼ਰਾ ਫਿਰ ਦਸੀ ਉੜਾ ਪੁਰਾਣੀਆਂ ਪੁਰਾਣੀਆਂ ਯਾਦਾਂ ਆਈ ਜਾਣ ਜਿਹੜੇ ਸਾਡੇ ਨਾਲ दोस्त पन्ने तो जरूर वीडियो तक समझता और खुश भी हो सन इंशाल्लाह शह तो पुरानी गल्ह उन्होंने याद भी है सन बहुत शुक्रिया बहुत मेहरबानी वाजिद भाई यासर भाई सोनी वसादत आज स्कूल ना, ना विजिट होया भाई अरसलान साहब ने भी अपने जज्बात और एहसासात में इजहार किया है तो इंशाल्लाह एक नवीं वीडियो एक नवीं डॉक्यूमेंट्री एक नवी वीडियो नाल विडियो खिदमत विच हाजिर हो अल्लाह